ਸਤਿ ਸ਼੍ਰੀ ਅਕਾਲ, ਮੈਂ ਵਰਿੰਦਰਜੀਤ ਸਿੰਘ ਬੋਲ ਰਿਹਾ, ਮਿਡਲਟਨ ਨਿਊਯਾਰਕ ਤੋਂ। ਹਾਂਜੀ ਵਰਿੰਦਰਜੀਤ ਸਿੰਘ ਜੀ, ਸਵਾਗਤ ਹੈ। ਦੱਸੋ ਤੁਹਾਡਾ ਇਸ ਮਸਲੇ ਤੇ ਕੀ ਵਿਚਾਰ ਆ? ਕੈਪਟਨ ਅਮਰਿੰਦਰ ਸਿੰਘ ਜਿਹੜੇ ਰੈਲੀਆਂ ਕਰ ਰਹੇ ਆ, ਇਹਦਾ ਕਾਂਗਰਸ ਨੂੰ ਫਾਇਦਾ ਹੋਊ? ਕੀ ਇਹ ਉਹਨਾਂ ਦਾ ਚੰਗਾ ਸਟੈਪ ਆ? ਆਪਣਾ ਤੁਹਾਨੂੰ ਤਾਂ ਵੀ ਗੱਲ ਕਵਾਂ ਤੁਹਾਨੂੰ। ਜੀ ਜੀ ਦੱਸੋ। ਮੇਰਾ ਬੜਾ ਐਕਸਪੀਰੀਅੰਸ ਆ ਕਿ ਮੈਂ ਪੰਜਾਬ ਦੇ ਵਿੱਚ ਬੜੀਆਂ ਰੈਲੀਆਂ ਵੇਖੀਆਂ ਜੀ, ਭਾਜਪਾ ਦੀਆਂ, ਅਕਾਲੀਆਂ ਦੀਆਂ, ਕਾਂਗਰਸ ਦੀਆਂ ਜੀ। ਉਹੀ ਲੋਕ ਅਕਾਲੀਆਂ ਦੀ ਰੈਲੀ ਦੇ ਵਿੱਚ, ਉਹੀ ਕਾਂਗਰਸ ਦੀ ਰੈਲੀ ਚ, ਉਹੀ ਭਾਜਪਾ ਦੀ, ਉਹੀ ਦੂਜੀ ਜਿਹੜੀ ਕਾਮਰੇਡਾਂ ਦੀ ਰੈਲੀ ਚ। ਇਹ ਰੈਲੀਆਂ ਤੋਂ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਇਹ ਮਤਲਬ ਰੈਲੀਆਂ ਦੇ ਨਾਲ ਇਹ ਪਾਰਟੀ ਤਗੜੀ ਹੈ ਜਾਂ ਮਾੜੀ ਹੈ। ਤੇ ਇਹ ਕੀ ਲੋਕੀ ਉੱਥੇ ਰੈਲੀਆਂ ਚ ਕੀ ਕਰਨ ਜਾਂਦੇ? ਇੰਨੇ ਵਿਹਲੇ ਆ ਵੀ ਜਾ ਕੇ ਰੈਲੀਆਂ ਦੇ ਵਿੱਚ ਜਿਹੜੀ ਮਰਜ਼ੀ ਰੈਲੀ ਕਰੇ ਉੱਥੇ ਚੱਲ ਜਾਂਦੇ ਕਿ ਉੱਥੇ ਕੋਈ ਜਾ ਕੇ ਮਿਲਦਾ ਵੀ ਇਹਨਾਂ ਨੂੰ? ਇਹਨਾਂ ਨੂੰ ਮਿਲਦਾ ਦਾਰੂ, ਜਿਹੜੇ ਸਰਪੰਚ ਨੇ ਜਾਂ ਚੌਧਰੀ, ਉਹ ਦਾਰੂ ਦੂਰੂ ਪਿਆ ਕੇ ਲੈ ਜਾਂਦੇ। ਤੁਹਾਨੂੰ ਪਤਾ ਹੀ ਹੈ, ਤੁਸੀਂ ਸਰਪੰਚ ਦੀਆਂ ਇਲੈਕਸ਼ਨਾਂ ਵੀ ਦੇਖੀਆਂ ਤੇ ਦੂਜੀਆਂ ਇਲੈਕਸ਼ਨਾਂ ਵੀ ਦੇਖੀਆਂ ਨੇ। ਉਹ ਜਦੋਂ ਇਹਨਾਂ ਨੂੰ ਦਾਰੂ ਪਿਆ ਕੇ ਲੈ, ਦੁਨੀਆਂ ਇੰਨੀ ਵੇਲੀ ਇੰਡੀਆ ਦੇ ਵਿੱਚ ਹੈਗੀ ਆ, ਅਸੀਂ ਇੱਥੇ ਰੋਜ਼ ਅਮੈਰੀਕਾ ਵੇਚਦੇ ਹਾਂ, ਇਹ ਰੋਜ਼ ਟੀਵੀ ਦੇ ਉੱਤੇ ਦੇਖਦੇ ਹਾਂ, ਥਾਂ ਥਾਂ ਧਰਨੇ ਦੇਈ ਜਾਂਦੇ ਨੇ, ਥਾਂ ਥਾਂ ਡਾਂਗਾਂ ਵਾਰੀ ਜਾਂਦੀਆਂ। ਸੋ ਵਰਿੰਦਰ ਜੀ ਜੀ, ਤੁਹਾਡਾ ਖਿਆਲ ਹੈ ਵੀ ਇਹ ਰੈਲੀ ਦਾ ਕੋਈ ਫਾਇਦਾ ਨਹੀਂ ਹੋਣਾ? ਕੋਈ ਫਾਇਦਾ ਨਹੀਂ ਹੋਣਾ, ਲੋਕਾਂ ਨੇ ਜਿੱਥੇ ਵਿਚਾਰ ਆਪਣੀ ਵੋਟ ਪਾਣੀ ਪਾਣੀ ਹੈ, ਤੇ ਦੂਜੇ ਦਿਹਾੜੀਦਾਰ ਬੰਦੇ ਲੈ ਜਾਂਦੇ ਨੇ ਇਹ ਰੈਲੀਆਂ ਕਰਕੇ, ਲੋਕਾਂ ਨੂੰ ਦੱਸੀ ਜਾਂਦੇ, ਆਪਣੀ ਤਾਕਤ ਅਜਮਾਈ ਜਾਂਦੇ ਨੇ। ਜੇ ਇਸ ਵੇਲੇ ਵੋਟ ਪੈਣੀ ਹੋਵੇ ਤੇ ਵੋਟ ਕਿੱਧਰ ਜ਼ਿਆਦਾ ਪਊਗੀ? ਦੇਖੋ ਆਪਣਾ ਸੰਤੂ ਸਾਹਿਬ, ਗੱਲ ਇਹ ਹੈ ਕਿ ਇਸ ਟਾਈਮ ਜਿਹੜੇ ਲੋਕ ਜਿਹੜੇ ਨਾ ਮਾਨਤਾਰ ਲੋਕ, ਉਹ ਤੇ ਆਪ ਪਾਰਟੀ ਦੇ ਨਾਲ ਜੁੜੇ ਨੇ ਜੀ। ਜਿੰਨੀ ਵੀ ਪੜ੍ਹੇ ਲਿਖੇ ਲੋਕ ਨੇ ਜਾਂ ਜਿਹੜੀ ਲੋਬੀ ਆ, ਉਹ ਤੇ ਇਹਨਾਂ ਨਾਲ ਆ ਜੀ। ਤੇ ਜੇ ਦੂਜੀ ਜਿਹੜੀ ਜਨਤਾ ਵਾ, ਉਹ ਤੁਹਾਨੂੰ ਪਤਾ ਹਮੇਸ਼ਾ ਹੀ ਪੈਸੇ ਦੇ ਕੇ ਜਾਂ ਸ਼ਰਾਬ ਪਿਆ ਕੇ ਲੋਕਾਂ ਨੂੰ ਖਰੀਦ ਲੈਂਦੇ ਨੇ, ਉਹ ਟਾਈਮ ਆਏਗਾ ਤੇ ਉਹਦੇ ਪਤਾ ਲੱਗਣਾ ਇਹ ਰੈਲੀਆਂ ਨਾਲ। ਇੰਟਰਸਟਿੰਗ ਪੁਆਇੰਟ ਹੈ।